ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਐਸਬੀਆਈ ਦੀ ਇਸ ਸਕੀਮ ਦੇ ਤਹਿਤ ਰੋਜ਼ਾਨਾ ਜਮਾ ਕਰੋ 100 ਰੁਪਏ ਇੰਨੇ ਸਮੇਂ ਬਾਅਦ ਮਿਲਣਗੇ ਕਰੋੜਾਂ ਰੁਪਏ ਸੋ ਲਾਂਡ ਦੇ ਲਈ ਪੂਰੀ ਵੀਡੀਓ ਅੰਤ ਤੱਕ ਦੇਖ ਲਓ ਦੋਸਤੋ ਜੇਕਰ ਤੁਸੀਂ ਵੀ 100 ਰੁਪਏ ਜਮਾ ਕਰਵਾ ਕੇ ਐਸਬੀਆਈ ਦੇ ਖਾਤੇ ਵਿੱਚ ਕਰੋੜਾਂ ਰੁਪਏ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਹੋ ਸਕੇ ਅੱਜ ਦੀ ਵੱਡੀ ਸੇਲ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਨਾਲ ਹੀ ਸਾਡੇ ਫੇਸਬੁਕ ਪੇਜ ਦਾ ਲਿੰਕ ਹੈ ਜ ਉਸ ਨੂੰ ਵੀ ਲਾਈਕ ਕਰ ਲਿਓ ਕਰੋਨਾ ਆਫਤ ਦਰਮਿਆਨ ਲੋਕਾਂ ਦੇ ਵਿਚਾਰ ਜੀਵਨ ਬੀਮਾ ਖਰੀਦਣ ਦਾ ਰੁਝਾਨ ਵਧ ਗਿਆ ਹੈ ਲੋਕ ਇਸ ਦੀ अहमियत ਸਮਝਣ ਲੱਗ ਪਏ ਨੇ ਅਜਿਹੀ ਸਥਿਤੀ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਤੋਂ ਬਾਅਦ ਆਪਣੀ ਆਮਦਨ ਜ਼ਰੂਰਤਾਂ ਦੇ ਮੁਤਾਬਕ ਹੀ ਪਾਲਿਸੀ ਖਰੀਦਣੀ ਚਾਹੀਦੀ ਆ ਛੋਟੀ ਉਮਰ ਦੇ ਵਿੱਚ ਜੀਵਨ ਬੀਮਾ ਪਾਲਿਸੀ ਲੈਣਾ ਵਧੇਰੇ ਲਾਭਕਾਰੀ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਡੇ ਪਰਿਵਾਰ ਨੂੰ ਭਵਿੱਖ ਦੇ ਵਿੱਚ ਕਿਸੇ ਵੀ ਅਨੁਸੁਖਾਵੀ ਮੁਸ਼ਕਲ ਦੇ ਵਿੱਚ ਕਿਸੇ ਕਿਸਮ ਦੀ ਵਿੱਤੀ ਸਮੱਸਿਆ ਨਾ ਵੇ ਤਾਂ ਤੁਸੀਂ ਅੱਜ ਹੀ ਇਸ ਦੇ ਲਈ ਤਿਆਰੀ ਕਰੋ ਸੋ ਸਟੇਟ ਬੈਂਕ ਆਫ ਇੰਡੀਆ ਨੇ ਸਾਂਝੇ ਉਦਮ SBI ਲਾਈਫ ਨੇ ਇੱਕ ਬੀਮਾ ਪਾਲਸੀ ਲਾਂਚ ਕੀਤੀ ਹੈ ਜਿਸ ਨੂੰ SBI ਲਾਈਫ ਪੂਰਨ ਸੁਰੱਖਿਆ ਕਿਹਾ ਜਾਂਦਾ ਇਸ ਯੋਜਨਾ ਵਿੱਚ 30 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਰੋਜ਼ਾਨਾ 100 ਰੁਪਏ ਤੋਂ ਵੀ ਘੱਟ ਅਦਾਇਗੀ ਦੇ ਨਾਲ 2.5 ਕਰੋੜ ਰੁਪਏ ਦਾ ਜੀਵਨ ਕਵਰ ਮਿਲਦਾ ਹੈ ਸੋ ਦੋਸਤੋ ਇਸ ਯੋਜਨਾ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਸੋ 36 ਗੰਭੀਰ ਬਿਮਾਰੀਆਂ ਤੋਂ ਜਿਹੜੀ ਇਹ ਯੋਜਨਾ ਬਚਾਉਂਦੀ ਏ ਸੋ ਦੋਸਤੋ ਇਸ ਯੋਜਨਾ ਵਿੱਚ ਕੁਝ ਗੰਭੀਰ ਰੋਗ ਹੋ ਜਾਣ ਤੇ ਪ੍ਰੀਮੀਅਰ ਦੇ ਵਿੱਚ ਛੂਟ ਮਿਲਦੀ ਹੈ ਐਸਬੀਆਈ ਲਾਈਫ ਦੇ ਅਨੁਸਾਰ ਇਹ ਪਾਲਸੀ 36 ਗੰਭੀਰ ਬਿਮਾਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸਾਰੀ ਪਾਲਸੀ ਦੀ ਮਿਆਦ ਦੌਰਾਨ ਪ੍ਰੀਮੀਅਮ ਨਿਧਾਰਤ ਰਹੇਗਾ ਅਰਥਾਤ ਜੇ মুদ্রਾ মুদ্রਾਸ ਫਿਤੀ ਵਾਧਦੀ ਹੈ ਤਾਂ ਤੁਹਾਨੂੰ ਪ੍ਰੀਮੀਅਮ ਵਧਣ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਪਾਲਸੀ ਦੇ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਇਸ ਪ੍ਰਕਾਰ ਹੈ ਜੇ ਪਾਲਸੀ ਸ਼ੁਰੂ ਕਰਨ ਦੀ ਉਮਰ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 65 ਸਾਲ ਰਪਕਤਾ ਉਮਰ ਘੱਟੋ-ਘੱਟ 28 ਸਾਲ ਤੇ ਵੱਧ ਤੋਂ ਵੱਧ 75 ਸਾਲ ਹੋ ਸਕਦੀ ਹੈ ਮੁੱਢਲੇ ਬੀਮੇ ਦੀ ਰਕਮ ਘੱਟੋ-ਘੱਟ 20 ਲੱਖ ਰੁਪਏ ਤੇ ਵੱਧ ਤੋਂ ਵੱਧ 2.5 ਕਰੋੜ ਰੁਪਏ ਪ੍ਰੀਮੀਅਮ ਮੂਲਾ ਜਿਹੜਾ ਜੀ ਉਹ ਸਾਲਾਨਾ, ਛਿਮਾਹੀ ਤੇ ਤਿਮਾਹੀ ਕਰ ਸਕਦੇ ਹੋ ਮਾਸਿਕ ਪ੍ਰੀਮੀਅਮ ਮੋਡ ਦੇ ਵਿੱਚ 3 ਮਹੀਨਿਆਂ ਦਾ ਪ੍ਰੀਮੀਅਮ ਐਡਵਾਂਸ ਭੁਗਤਾਨ ਕੀਤਾ ਜਾਵੇਗਾ ਪਾਲਸੀ ਦੀ ਮਿਆਦ ਜਿਹੜੀ 10, 15, 20, 25 ਅਤੇ 30 ਸਾਲ ਦੀ ਹੋਵੇਗੀ ਉਦਾਹਰਨ ਦੇ ਲਈ ਜੇ ਇੱਕ ਪੁਰਸ਼ ਪਾਲਿਸੀ ਧਾਰਕ ਦੀ ਉਮਰ 30 ਸਾਲਾ ਤੋਂ ਉਹ SBI ਸਟਾਫ ਨਹੀਂ ਹੰਤਾ 2.5 ਕਰੋੜ ਦੇ ਕਵਰ ਲਈ 10 ਸਾਲ ਦੀ ਪਾਲਿਸੀ ਦੀ ਮਿਆਦ ਲਈ 35849 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਪਵੇਗਾ ਇਸ ਦੇ ਲਈ ਸ਼ਰਤ ਹੈ ਕਿ ਵਿਅਕਤੀ ਤਮਾਕੂ ਨੁਸ਼ੀ ਨਾ ਕਰਦਾ ਹੋਵੇ ਤੇ ਕੇਰਲਾ ਦਾ ਨਾਮ ਵਸਨੀਕ ਹੋਵੇ ਦੋਸਤੋ ਜੇਕਰ ਔਰਤ ਪਾਲਿਸੀ ਧਾਰਕਾਂ ਨੂੰ ਵੀ 100 ਰੁਪਏ ਦਾ ਘੱਟੋ ਘੱਟ ਪ੍ਰੀਮੀਅਮ ਪੁਗਤਾਨ ਕਰਨਾ ਪੈਂਦਾ ਇਸ ਔਰਤ ਦੀ ਉਮਰ 30 ਸਾਲ ਤੱਕ ਹੋਣੀ ਚਾਹੀਦੀ ਹੈ ਤੇ ਇਸ ਦੇ ਕਵਰੇਜ ਦੀ ਪਾਲਿਸੀ ਮਿਆਦ ਇੱਕੋ ਜਈ ਹੈ ਤੇ ਇਸ ਦੇ ਲਈ ਸਾਲਾਨਾ 34553 ਰੁਪਏ ਦਾ ਪ੍ਰੀਮੀਅਮ ਦੇਣਾ ਪਵੇਗਾ ਦੋਸਤੋ ਜਿਆਦਾ ਜਾਣਕਾਰੀ ਦੇ ਲਈ ਤੁਸੀਂ SBI ਦੀ ਬ੍ਰਾਂਚ ਵਿੱਚ ਜਾ ਸਕਦੇ ਹੋ ਬੈਂਕ ਦੇ ਵਿੱਚ ਜਾ ਸਕਦੇ ਹੋ ਤੇ ਉਹਨਾਂ ਨੂੰ ਇਹ ਜਿਹੜੀ SBI ਨੇ ਲਾਈਫ ਇੰਸ਼ੋਰੈਂਸ ਦੀ ਸਕੀਮ ਕੱਢੀ ਆ ਉਸ ਦੇ ਬਾਰੇ ਪੁੱਛ ਸਕਦੇ ਹੋ ਧੰਨਵਾਦ